ਫੋਕਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਇਸ ਪ੍ਰੋਗਰਾਮ ਨੂੰ ਜਿੱਥੇ ਤੁਸੀਂ ਆਪੋ ਆਪਣੇ ਘਰਾਂ 'ਚ ਬੈਠੇ ਟੀਵੀ 'ਤੇ ਵੇਖ ਰਹੇ ਹੋ, ਇਸ ਦੇ ਨਾਲ ਹੀ ਇਸ ਨੂੰ ਰੇਡੀਓ ਸਾਊਥ ਏਸ਼ੀਆ 'ਤੇ ਵੀ ਸੁਣ ਰਹੇ ਹੋ। ਅੱਜ ਦੇ ਸਾਡੇ ਕਰੰਟ ਅਫੇਅਰਸ ਸੈਗਮੈਂਟ ਦੇ ਵਿੱਚ ਵਿਚਾਰ ਚਰਚਾ ਕਰਨ ਲਈ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਨੇ ਮੇਰੇ ਖੱਬੇ ਪਾਸੇ ਮੁਬੱਸ਼ਰ ਅਹਿਮਦ ਸਾਹਿਬ। ਥੈਂਕ ਯੂ ਬਸੋਤਾ ਜੀ। ਸੱਜੇ ਪਾਸੇ ਜੱਸੀ ਗਿੱਲ ਜੀ। ਥੈਂਕ ਯੂ ਬਸੋਤਾ ਜੀ, ਮਿਹਰਬਾਨੀ। ਸੋ ਦੋਸਤੋ, ਸਭ ਤੋਂ ਪਹਿਲਾਂ ਅੱਜ ਕਰੰਟ ਅਫੇਅਰਸ ਵਿੱਚ ਸਾਡਾ ਜੋ ਵਿਸ਼ਾ ਹੈ ਉਹ ਹੈ ਕਿ ਅੱਜ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਅਲਬਰਟਾ ਸਰਕਾਰ ਵੱਲੋਂ, ਨਵਾਂ ਬਿੱਲ ਜਿਸ ਦੇ ਵਿੱਚ ਪੋਲੀਟੀਕਲ ਐਕਸ਼ਨ ਕਮੇਟੀ ਅਤੇ ਫੰਡ ਰੇਜ਼ਿੰਗ ਨੂੰ ਲੈ ਕੇ, ਫੰਡ ਇਕੱਠਾ ਕਰਨ ਨੂੰ ਲੈ ਕੇ ਕੁਛ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ। ਕੀ ਲੋੜ ਪਈ ਇਹਨਾਂ ਰਿਸਟ੍ਰਿਕਸ਼ਨਸ ਦੀ ਅਤੇ ਕਿਹੋ ਜਿਹਾ ਇਹ ਪਾਬੰਦੀਆਂ ਲਗਾਈਆਂ ਗਈਆਂ ਨੇ, ਇਸ ਦੇ ਬਾਰੇ ਅੱਜ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੁਬੱਸ਼ਰ ਸਾਹਿਬ ਜੀ, ਇਹ ਜੋ ਅੱਜ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ ਅਲਬਰਟਾ ਸਰਕਾਰ ਦੇ ਵਿੱਚ, ਮੌਜੂਦਾ ਸਰਕਾਰ ਗੌਰਮੈਂਟ ਵੱਲੋਂ, ਇਹ ਜੋ ਪਾਬੰਦੀਆਂ ਲਗਾਈਆਂ ਨੇ ਇਹਨਾਂ ਨੇ ਪੋਲੀਟੀਕਲ ਐਕਸ਼ਨ ਕਮੇਟੀ 'ਤੇ, ਇਹਨਾਂ ਪਾਬੰਦੀਆਂ ਦੀ ਲੋੜ ਕਿਉਂ ਪਈ? ਦੇਖੋ, ਜਿਹੜਾ ਐਂਡ ਆਫ ਦਾ ਡੇ ਜਿਹੜਾ ਉਹ ਕਰਨਾ ਚਾਹੁੰਦੇ ਨੇ ਉਹ ਕਰਪਸ਼ਨ ਨੂੰ ਅਤੇ ਜਿਹੜੀ ਐਕਸਟਰਾ ਐਕਸਪੈਂਸਿਸ ਲੋਕ ਇਲੈਕਸ਼ਨ 'ਤੇ ਪੈਸੇ ਖਰਚ ਕਰਦੇ ਨੇ, ਜਿਹੜੇ ਸਾਡੇ ਇੰਡੀਆ ਪਾਕਿਸਤਾਨ ਦੇ ਲੋਕ ਨੇ ਉਹਨੂੰ ਉਸ ਤਰੀਕੇ ਨਾਲ ਸਮਝ ਸਕਦੇ ਨੇ ਕਿ ਵੋਟ ਖਰੀਦਣ ਵਾਸਤੇ ਜਿਹੜਾ ਪੈਸਾ ਖਰਚ ਕੀਤਾ ਜਾਂਦਾ ਸੀ ਉਹਨੂੰ ਰੋਕਣ ਵਾਸਤੇ। ਇੱਥੇ ਉਸ ਤਰੀਕੇ ਨਾਲ ਤਾਂ ਵੋਟ ਨਹੀਂ ਖਰੀਦਿਆ ਜਾਂਦਾ, ਲੇਕਿਨ ਬਹਰਹਾਲ ਬੇਸ਼ੁਮਾਰ ਪੈਸਾ ਖਰਚ ਕੀਤਾ ਜਾਂਦਾ ਇਲੈਕਸ਼ਨਾਂ ਦੇ ਉੱਤੇ। ਪੋਲੀਟੀਕਲ ਪਾਰਟੀਜ਼ ਦੇ ਉੱਤੇ ਬੜੀ ਸਖਤ ਰੈਸਟ੍ਰਿਕਸ਼ਨਸ ਹੈਗੀਆਂ ਨੇ ਕਿ ਉਹ ਕਿੰਨਾ ਕੁ ਪੈਸਾ ਖਰਚ ਕਰ ਸਕਦੇ ਨੇ, ਅਤੇ ਇਹ ਪਾਰਟੀਆਂ ਨੇ ਇੱਕ ਜਿਹੜਾ ਨਾ ਲੂਪ ਹੋਲ ਲੱਭਿਆ ਸੀ, ਇੱਕ ਰਸਤਾ ਸਾਈਡ 'ਤੇ ਲੱਭਿਆ ਸੀ ਕਿ ਠੀਕ ਹੈ ਅਸੀਂ ਪਾਰਟੀ ਦੇ ਵਿੱਚ ਪੈਸੇ ਲਿਆ ਕੇ ਖਰਚ ਨਹੀਂ ਕਰਦੇ, ਅਸੀਂ ਪਿੱਛੇ ਇੱਕ ਹੋਰ ਕਮੇਟੀ ਬਣਾ ਲਈ 5-7 ਲੋਕਾਂ ਨੇ ਰਲ ਕੇ, ਪੈਸਾ ਉਹ ਕਮੇਟੀ ਨੇ ਇਕੱਠਾ ਕਰ ਲਿਆ, ਖਰਚ ਵੀ ਉਸ ਕਮੇਟੀ ਨੇ ਕਰ ਲਿਆ, ਆਪਣੀ ਪੋਲੀਟੀਕਲ ਪਾਰਟੀ ਨੇ ਤਾਂ ਕੋਈ ਨਹੀਂ ਕੀਤਾ, ਸਾਡੇ ਤੁਸੀਂ ਖਰਚੇ ਵੇਖ ਲਓ ਅਸੀਂ ਤਾਂ ਉਹੀ $1,00,000 ਹੀ ਖਰਚ ਕੀਤਾ ਇਲੈਕਸ਼ਨ ਦੇ ਉੱਤੇ। ਹੁਣ ਲੇਟਲੀ ਜਿਹੜਾ ਜੇਸਨ ਕੈਨੀ ਜੀ ਨੇ ਇਲੈਕਸ਼ਨ ਲੜਿਆ, ਪਹਿਲੇ ਯੂਨਾਈਟਿਡ ਫਰੰਟ ਵਾਸਤੇ, ਫਿਰ ਉਹਦੇ ਬਾਅਦ ਯੂਨਾਈਟਿਡ ਕੰਜ਼ਰਵੇਸ਼ਨ ਪਾਰਟੀ ਵਾਸਤੇ, ਉਹਦੇ ਵਿੱਚ ਤਕਰੀਬਨ $4,00,000 ਜਿਹੜਾ ਉਹਨਾਂ ਨੇ, $5,08,000 ਉਹਨਾਂ ਨੇ ਇਕੱਠਾ ਕੀਤਾ ਸੀ ਟੋਟਲ ਆਪਣੇ ਲੀਡਰਸ਼ਿਪ ਵਾਸਤੇ, ਜਿਹਦੇ 'ਚੋਂ ਤਕਰੀਬਨ $4,00,000 ਜਿਹੜਾ ਉਹ ਕੋਈ 63 ਬੰਦਿਆਂ ਨੇ ਦਿੱਤਾ ਸੀ, ਉਹਨਾਂ 63 ਬੰਦਿਆਂ ਦੇ ਉਹਨਾਂ ਨੇ ਨਾਮ ਨਹੀਂ ਦੱਸੇ। ਅਤੇ ਗੌਰਮੈਂਟ ਨੇ ਕੋਈ ਥੋੜ੍ਹਾ ਜਿਹਾ ਉਹਦਾ ਵੀ ਨੋਟਿਸ ਲਿਆ ਹੈਗਾ ਕਿ ਇਹ ਜਿਹੜਾ ਨਾ ਫੇਅਰ ਗੇਮ ਹੋਣੀ ਚਾਹੀਦੀ ਹੈ, ਜੇ ਤੁਸੀਂ ਪੈਸੇ ਇਕੱਠੇ ਕਰਦੇ ਹੋ, ਖਰਚ ਕਰਦੇ ਹੋ, ਅਤੇ ਫਿਰ ਤੁਹਾਨੂੰ ਉਹਨੂੰ ਜਿਹੜਾ ਡਿਕਲੇਅਰ ਵੀ ਕਰਨਾ ਚਾਹੀਦਾ ਹੈਗਾ। ਹੁਣ ਮਸਲਾ ਐਵੇ ਕਿ ਇਹਦੇ ਵਿੱਚ ਉਹਨਾਂ ਨੇ ਬਿੱਲ 'ਤੇ ਪੇਸ਼ ਕਰਤਾ, ਲੇਕਿਨ ਰੈਸਟ੍ਰਿਕਸ਼ਨਸ ਉਸ ਤਰੀਕੇ ਨਾਲ ਹਲੇ ਵੀ ਉਨੀਆਂ ਨਹੀਂ ਲਾਈਆਂ ਹੈਗੀਆਂ ਕਿ ਪੋਲੀਟੀਕਲ ਪਾਰਟੀਜ਼ ਦੇ ਉੱਤੇ ਇਹ PSCs ਕਿੰਨਾ ਖਰਚ ਕਰ ਸਕਦੇ ਹੈਗੇ ਨੇ, ਲੇਕਿਨ PSCs ਇਨ ਜਨਰਲ ਕਿੰਨਾ ਖਰਚ ਕਰ ਸਕਦੇ ਨੇ ਉਹਦੇ ਉੱਤੇ ਉਹਨਾਂ ਨੇ ਕਾਫੀ ਸਾਰੀ ਰੈਸਟ੍ਰਿਕਸ਼ਨ ਲਾਈਆਂ ਨੇ। ਪਰ ਕਾਰਪੋਰੇਟ ਅਤੇ ਯੂਨੀਅਨ ਡੋਨੇਸ਼ਨ ਦੇ ਸਕਦੀਆਂ ਨੇ, ਅਜੇ ਦੇ ਸਕਦੀਆਂ ਨੇ, ਲੇਕਿਨ ਉਹਦੇ 'ਤੇ ਉਸ ਤਰੀਕੇ ਨਾਲ ਉਹਨਾਂ ਕੈਪ ਕੋਈ ਨਹੀਂ ਲਾਈ ਕਿ ਕਿੰਨਾ ਪੈਸਾ ਇਕੱਠਾ ਕਰ ਸਕਦੀਆਂ ਨੇ, ਲੇਕਿਨ ਉਹਨਾਂ ਨੇ ਖਰਚ ਕਰਨ 'ਤੇ ਕੈਪ ਲਾਤਾ ਕਿ ਜਦੋਂ ਇਲੈਕਸ਼ਨ ਅਨਾਊਂਸ ਹੋ ਗਿਆ, ਯਾਨੀ ਇੱਕ 1 December ਤੋਂ ਲੈ ਕੇ ਇਲੈਕਸ਼ਨ ਅਨਾਊਂਸ ਹੋਣ ਤੀਕਰ ਉਹ $1,50,000 PSCs ਖਰਚ ਕਰ ਸਕਦੀਆਂ ਨੇ। ਜਦੋਂ ਇਲੈਕਸ਼ਨ ਅਨਾਊਂਸ ਹੋ ਗਿਆ ਅਤੇ ਇਲੈਕਸ਼ਨ ਦੀ ਕੈਂਪੇਨ ਦੇ ਦੌਰਾਨ ਵੀ ਉਹ $1,50,000 ਖਰਚ ਕਰ ਸਕਦੀਆਂ ਨੇ, ਪਰ ਉਹਨਾਂ ਨੇ ਰੈਸਟ੍ਰਿਕਸ਼ਨ ਨਾਲ ਇਹ ਲਾਤੀ ਹੈ ਕਿ ਤੁਸੀਂ ਪਰ ਕੰਸਟੀਚੁਐਂਸੀ 3,000 ਤੋਂ ਵੱਧ ਨਹੀਂ ਖਰਚ ਕਰ ਸਕਦੇ, ਕਿ ਨਹੀਂ ਇੱਕ ਕੈਂਡੀਡੇਟ ਉੱਤੇ 3,000 ਤੋਂ ਵੱਧ ਖਰਚ ਨਹੀਂ ਕਰ ਸਕਦੇ। ਫਿਰ ਉਹ 'ਚ ਹੋਰ ਇਸ ਕਿਸਮ ਦੀ ਕਾਫੀ ਰੈਸਟ੍ਰਿਕਸ਼ਨਸ ਹੈਗੀਆਂ ਨੇ ਕਿ ਜਿਹੜਾ ਹੁੰਦਾ ਸੀ ਕਿ ਤੁਸੀਂ ਸਰਵੇ ਕਰਵਾ ਕੇ ਵੋਟਰਾਂ ਦੀ ਇਨਫੋਰਮੇਸ਼ਨ ਲੈ ਕੇ ਉਸ ਦੀ ਪੋਲੀਟੀਕਲ ਪਾਰਟੀ ਨੂੰ ਦਿੰਦੇ ਸੀ, ਹੁਣ ਪਾਰਟੀ ਨੇ ਆਪਣੀ ਜੇਬ ਤੋਂ ਪੈਸਾ ਨਹੀਂ ਖਰਚ ਕੀਤਾ ਹੈਗਾ, ਲੇਕਿਨ ਉਹਨਾਂ ਨੂੰ ਇਨਫੋਰਮੇਸ਼ਨ ਸਾਰੀ ਮਿਲ ਗਈ ਜਿਹੜੀ ਇਲੈਕਸ਼ਨ ਜਿੱਤਣ 'ਚ ਉਹਨਾਂ ਦੀ ਮਦਦ ਕਰਦੀ ਹੈ। ਇਹ ਹੁਣ PSCs ਉਹਦੇ ਉੱਤੇ ਵੀ ਖਰਚਾ ਕਰਨ 'ਤੇ ਉਹਨਾਂ ਰੈਸਟ੍ਰਿਕਸ਼ਨਸ ਆਈਆਂ ਨੇ। ਜੀ ਜੱਸੀ ਜੀ, ਜੋ ਇਹ ਰੈਸਟ੍ਰਿਕਸ਼ਨ ਲਗਾਈਆਂ ਨੇ PSC 'ਤੇ, ਪੋਲੀਟੀਕਲ ਇਲੈਕਸ਼ਨ ਕਮੇਟੀ 'ਤੇ, ਕੀ ਇਸ ਦੇ ਵਿੱਚ ਪੂਰਨ ਰੂਪ 'ਚ ਪਾਰਦਰਸ਼ਤਾ ਆਏਗੀ? ਦੇਖੋ ਜੀ, ਹਜੇ ਲੱਗ ਰਿਹਾ ਕਿ ਥੋੜ੍ਹੀ ਆਉਣੀ ਸ਼ੁਰੂ ਹੋਏਗੀ, ਕਿਉਂਕਿ ਗੱਲ ਹੈਗੀ ਆ ਕਿ ਜਿਹੜੀ ਟਰਾਂਸਪੇਰੈਂਸੀ ਆ ਉਹਦੇ ਲਈ ਜ਼ਰੂਰੀ ਹੈ ਕਿ ਜਦੋਂ ਅਸੀਂ ਰੂਲ ਬਣਾਉਂਦੇ ਹਾਂ ਕੋਈ ਪੈਨਲਟੀਜ਼ ਵੀ ਆਉਣ। ਜੇ ਬੰਦੇ ਨੂੰ ਤੁਸੀਂ ਕਹਿੰਦੇ ਹੋ ਜੀ $1,50,000 ਤੱਕ ਤੁਸੀਂ ਖਰਚ ਸਕਦੇ ਹੋ, ਜੇ ਉੱਥੋਂ ਵੱਧ ਵੀ ਚਲੇ ਗਏ ਤਾਂ ਅਸੀਂ $2,000 ਤੁਹਾਨੂੰ ਫਾਈਨ ਦੇ ਦਾਂਗੇ, ਤਾਂ ਉਹਨਾਂ ਲਈ ਉਹ ਤਾਂ ਬਹੁਤ ਛੋਟੀ ਜਿਹੀ ਗੱਲ ਹੈ। ਲੇਕਿਨ ਇਹਨਾਂ ਨੇ ਹੁਣ ਕੀ ਕਰਿਆ, ਜਿਹੜੀ ਗਵਰਨਮੈਂਟ ਆ ਉਹ ਕਹਿੰਦੀ ਕਿ ਜੇ ਕੋਈ ਬੰਦਾ ਜਾਂ ਕੋਈ ਪਾਰਟੀ ਜਾਂ ਕੋਈ ਉਹਦੇ 'ਚ ਆਪਣਾ ਐਡਵਰਟਾਈਜ਼ ਕਰ ਰਿਹਾ ਜਾਂ ਕੁਛ ਹੋਰ ਹੈ ਉਹਦੇ ਅਗੇਂਸਟ ਜਾ ਰਿਹਾ, ਤਾਂ ਉਹਨੂੰ ਕੋਈ $1,00,000 ਦਾ ਫਾਈਨ ਹੋਏਗਾ। ਅਤੇ ਉਹ ਕਹਿੰਦੇ ਜੇ ਬੰਦਾ ਕਰਪਸ਼ਨ ਕਰ ਰਿਹਾ, ਜਿਵੇਂ ਕਿ ਉਹ ਵਾਲੰਟੀਅਰ ਬੰਦਿਆਂ ਦਾ, ਆਪਣੇ ਮੁਬੱਸ਼ਰ ਉਹਨਾਂ ਨੇ ਕਿਹਾ ਕਿ ਜਿਹੜੇ ਉਹ PSCs ਅੱਗੇ ਇਨਫੋਰਮੇਸ਼ਨ ਗੈਦਰ ਕਰਦੇ ਸੀ ਉਹਨਾਂ ਨੇ ਉਹ 'ਤੇ ਪਾਬੰਦੀ ਲਾਤੀ ਹੈ, ਲੇਕਿਨ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਵਾਲੰਟੀਅਰ ਆ ਜਾਂ ਜਿਹੜੇ ਬੰਦਿਆਂ ਨੇ ਖੁਦ ਪੈਸੇ ਡੋਨੇਟ ਆਲਰੇਡੀ ਕਰੇ ਆ ਪਰਸਨਲੀ ਤੌਰ 'ਤੇ, ਉਹ ਬੰਦੇ $4,000 ਤੱਕ ਦਾ ਆਪਦਾ ਫੰਡ ਵਗੈਰਾ ਖਰਚ ਕਰ ਸਕਦੇ ਆ ਕਿ ਜਿਹ 'ਚ ਫੰਡ ਰੇਜ਼ਿੰਗ ਵਗੈਰਾ ਹੋ ਜਾਵੇ। ਉਹ ਜੇ ਬੰਦੇ ਕਰਪਟ ਹੋ ਰਹੇ ਆ ਜਾਂ ਕੋਈ ਖਰਾਬੀ ਹੋ ਰਹੀ ਹੈ, ਤਾਂ ਉਹਨਾਂ ਨੂੰ $50,000 ਦਾ ਜੁਰਮਾਨਾ ਜਾਂ 2 ਸਾਲ ਦੀ ਕੈਦ ਹੈ। ਤਾਂ ਉਹਦੇ ਬੇਸ ਦੇ ਉੱਤੇ ਲੱਗਦਾ ਕਿ ਕੋਈ ਥੋੜ੍ਹੀ ਜਿਹੀ ਟਰਾਂਸਪੇਰੈਂਸੀ ਆਏਗੀ। ਲੇਕਿਨ ਹੁਣ ਇਹਦੇ 'ਚ ਇੱਕ ਹੋਰ ਵੀ ਗੱਲ ਹੈਗੀ ਆ ਕਿ ਜਿਹੜੇ ਉਹਨਾਂ ਨੇ
ਨਵੇਂ ਮੈਜਰਸ ਅਨਾਊਂਸ ਕਰੇ, ਉਹਨਾਂ ਨੇ ਕਿਹਾ ਕਿ ਜਿਹੜੀ ਗਵਰਨਮੈਂਟ ਸਿਟਿੰਗ ਗਵਰਨਮੈਂਟ ਹੈ ਨਾ, ਹੁਣ ਉਹ ਜਦੋਂ ਇਲੈਕਸ਼ਨ ਟਾਈਮ ਹੈ ਉਸ ਟਾਈਮ ਉਹ ਕੋਈ ਫੰਡਿੰਗ ਡਿਕਲੇਅਰ ਨਹੀਂ ਕਰ ਸਕਦੀ, ਪਰ ਜਿਹੜੀਆਂ ਉਹਨਾਂ ਦੀ ਆਲਰੇਡੀ ਚੀਜ਼ਾਂ ਚੱਲ ਰਹੀਆਂ ਉਹਦੇ ਬਾਰੇ ਉਹ ਅਪਡੇਟ ਦੇ ਸਕਦੇ, ਲੇਕਿਨ ਕੋਈ ਨਵੀਂ ਫੰਡਿੰਗ ਨਹੀਂ ਦੇ ਸਕਦੇ ਕਿ ਜੀ ਅਸੀਂ ਆ ਨਵਾਂ ਕੋਈ ਕੈਂਸਰ ਇੰਸਟੀਚਿਊਟ ਬਣਾਵਾਂਗੇ ਜਾਂ ਕੋਈ ਹੋਰ ਆ, ਉਸ ਦੇ ਵਿੱਚ ਟ੍ਰਾਂਸਪੇਰੈਂਸੀ ਆ ਰਹੀ ਹੈ। ਸੋ ਦੋਸਤੋ, ਇਹ ਜੋ ਅੱਜ ਨਵਾਂ ਬਿੱਲ ਲਿਆਂਦਾ ਗਿਆ ਅਲਬਰਟਾ ਦੇ ਵਿੱਚ NDP ਸਰਕਾਰ ਦੇ ਵੱਲੋਂ, ਫੰਡ ਇਕੱਠਾ ਕਰਨ ਨੂੰ ਲੈ ਕੇ ਕੁਛ ਰਿਸਟ੍ਰਿਕਸ਼ਨਸ ਜ਼ਰੂਰ ਲਗਾਈਆਂ ਨੇ, ਲੇਕਿਨ ਹਾਲੇ ਵੀ ਵੇਖਣਾ ਹੋਵੇਗਾ ਕਿ ਕੀ ਪਾਰਦਰਸ਼ਤਾ ਇੰਝ ਲਿਆਉਣ ਦੇ ਨਾਲ ਇਹ ਨਕੇਲ ਪਾਈ ਜਾ ਸਕੇਗੀ ਜੋ ਫੰਡ ਇਕੱਠਾ ਕੀਤਾ ਜਾ ਰਿਹਾ ਹੈ, ਜੋ ਇਸਨੂੰ ਕਈ ਵਾਰ ਮਿਸਯੂਜ਼ ਕੀਤਾ ਜਾਂਦਾ। ਇਹ ਫਿਲਹਾਲ ਵਕਤ ਦੇ ਮੱਥੇ 'ਤੇ ਪ੍ਰਸ਼ਨ ਚਿੰਨ੍ਹ ਹੈ। ਅਤੇ ਅਗਲਾ ਸਵਾਲ ਜੱਸੀ ਜੀ ਤੁਹਾਡੇ ਨਾਲ ਹੈ। ਹਾਂਜੀ, ਸਟ੍ਰੈਥਕੋਨਾ ਕਾਉਂਟੀ ਦਾ ਬਜਟ ਅਪਰੂਵ ਕਰ ਦਿੱਤਾ ਗਿਆ ਹੈ, ਅਤੇ ਵੇਖਣ ਨੂੰ ਆਇਆ ਕਿ ਟੈਕਸ ਰਿਡਿਊਸ ਕੀਤੇ ਗਏ ਨੇ, ਅਤੇ ਹੋਰ ਕੀ ਖਾਸ ਪਹਿਲੂ ਨੇ ਇਸ ਬਜਟ ਦੇ? ਦੇਖੋ ਜੀ, ਕੱਲ੍ਹ ਟੈਕਸ ਉਹਨਾਂ ਦੀ ਡਿਬੇਟ ਹੋਈ ਆ, ਬਹੁਤ ਵਧੀਆ ਡਿਬੇਟ ਹੋਈ ਆ ਸਟ੍ਰੈਥਕੋਨਾ ਕਾਉਂਟੀ ਦੇ ਵਿੱਚ। ਇਹ ਉਹਨਾਂ ਨੇ ਆਪਦਾ ਇਹ ਸੈਕਿੰਡ ਈਅਰ ਉਹਨਾਂ ਨੇ ਇਹੀ ਚੀਜ਼ ਕਰਿਆ, ਪਿਛਲੇ ਸਾਲ ਉਹਨਾਂ ਨੇ ਰਿਡਿਊਸ ਕਰਿਆ ਸੀ 2.5%, ਹੁਣ ਕਹਿੰਦੇ ਜੀ 2018 ਦੇ ਵਿੱਚ ਅਸੀਂ 2.18% ਟੈਕਸ ਰਿਡਿਊਸ ਕਰ ਰਹੇ ਹਾਂ। ਉਹਨੇ ਐਵਰੇਜ ਕੱਢੀ ਆ ਕਿ ਜਿਹੜਾ ਕੋਈ ਅਪਰੋਕਸੀਮੇਟਲੀ 4.5 ਲੱਖ ਦਾ ਜਾਂ 4,35,000 ਦਾ ਘਰ ਹੈ, ਅਤੇ ਉਹਦੇ ਉੱਤੇ ਜਿਹੜੇ ਆਪਣੇ ਐਂਡ ਯੂਜ਼ਰ ਹੈਗੇ $3.40 ਪਰ ਮੰਥ ਦੇ ਜਾਂ ਕੋਈ $40 ਸਾਲ ਦੇ ਜਿਹੜੇ, ਉਹਨਾਂ ਦੀ ਉਹ ਰਿਡਿਊਸ ਹੋਏਗਾ ਟੈਕਸਿਸ। ਹੁਣ ਜੇ ਹੁਣ ਅਸੀਂ ਕੰਪੇਅਰ ਕਰੀਏ ਐਡਮਿੰਟਨ ਦੇ ਨਾਲ, ਐਡਮਿੰਟਨ ਦਾ ਤਾਂ ਟੈਕਸ ਪਿਛਲੇ 2 ਸਾਲਾਂ ਤੋਂ ਵੱਧ ਹੀ ਰਿਹਾ ਹੈ, ਲੇਕਿਨ ਉਹਨਾਂ ਨੇ ਮੇਨ ਗੱਲ ਇਹ ਕਹੀ ਆ, ਰੋਡ ਫਰੈਂਕ ਆ ਜਿਹੜਾ ਮੇਅਰ ਹੈ, ਉਹਨਾਂ ਨੇ ਗੱਲ ਕਰੀ ਹੈ ਕਿ ਜਿਹੜਾ ਓਪਰੇਟਿੰਗ ਬਜਟ ਹੈ ਉਹਨੂੰ ਵੀ ਉਹਨਾਂ ਨੇ ਨਕੇਲ ਪਾਈ ਆ ਥੋੜ੍ਹੀ ਜੀ। ਉਹ ਕਹਿੰਦੇ ਕੋਈ $360 million ਦੇ ਕਰੀਬ ਅਸੀਂ ਓਪਰੇਟਿੰਗ ਬਜਟ ਕਰਨਾ ਹੈ। ਜਿਹੜਾ ਕੈਪੀਟਲ ਹੈ ਉਹ 68.9 million ਦੇ ਹੈ, ਜਿਹਦੇ 'ਚ ਉਹ ਹਜੇ ਵੀ ਅਪਗ੍ਰੇਡ ਕਰ ਰਹੇ ਆ, ਜਿਸ ਤਰ੍ਹਾਂ ਕਿ ਕਿੰਗਸਮੈਨ ਲੇਜ਼ਰ ਸੈਂਟਰ ਹੈ ਐਡਰੋਸਨ ਦੇ ਵਿੱਚ, ਉਹਨਾਂ ਨੇ ਨਿਊ ਸਪਲੈਸ਼ ਪਾਰਕ ਬਣਾਉਣਾ ਹੈਗਾ, ਕਹਿੰਦੇ ਉਹ ਵੀ ਹਜੇ ਅਸੀਂ ਚਲਾ ਰਹੇ ਹਾਂ। ਕਾਉਂਟੀ ਹਾਲ ਹੈ ਜਿਹੜਾ ਉਹ ਬਹੁਤ ਬੁਰਾ ਹਾਲ ਹੈ, ਜਿਹੜਾ ਉੱਥੇ ਸ਼ੇਰਵਡ ਪਾਰਕ 'ਚ ਰਹਿੰਦੇ ਆ, ਉਹਨਾਂ ਦੇਖਿਆ ਉਹਦੀ ਵੀ ਮਾਡਰਨਾਈਜੇਸ਼ਨ ਕਰ ਰਹੀ ਅਤੇ ਉਸ ਤਰ੍ਹਾਂ ਹੋਰ ਕਰ ਰਿਹਾ। ਹੁਣ ਉਰੇ ਖਾਸੀਅਤ ਦੇਖਣ ਵਾਲੀ ਗੱਲ ਇਹ ਹੈ ਜੀ, ਸਟ੍ਰੈਥਕੋਨਾ ਕਾਉਂਟੀ ਇੱਕ ਉਹ ਕਾਉਂਟੀ ਹੈ ਜਿੱਥੇ ਰੈਵਨਿਊਸ 2 ਜਗ੍ਹਾ ਤੋਂ ਆਉਂਦਾ। ਇੱਕ ਤਾਂ ਉਹਨਾਂ ਦਾ ਆਉਂਦਾ ਆਪਣੀ, ਕਿਉਂਕਿ ਸਪੈਸ਼ਲਾਈਜ਼ਡ ਕਾਉਂਟੀ ਹੈ, ਇਹਨਾਂ ਕੋਲ 75% ਵੈਸਟਰਨ ਕੈਨੇਡਾ ਦੀ ਰਿਫਾਈਨਰੀਜ਼ ਉੱਥੇ ਹੈ ਜੀ, ਅਤੇ ਉਹਦੀ ਜਿਹੜੀ ਰੋਇਲਟੀ ਅਤੇ ਜਿਹੜੇ ਟੈਕਸਿਸ ਆ ਉੱਥੋਂ ਆਉਂਦੇ ਆ, ਅਤੇ ਆਇਲ ਐਂਡ ਗੈਸ ਦੇ ਵਿੱਚ ਮਾਰਕੀਟ ਡਿੱਗਣ ਕਰਕੇ ਇਹਨਾਂ ਨੂੰ ਉੱਧਰੋਂ ਪੈਸੇ ਨਹੀਂ ਆ ਰਹੇ ਹੁਣ, ਅਤੇ ਉਸ ਦੇ ਬਾਵਜੂਦ ਇਹਨਾਂ ਨੇ ਰੇਟ ਆ ਜਿਹੜਾ ਟੈਕਸ ਦਾ ਉਹ ਘਟਾਇਆ ਹੈ। ਹੁਣ ਉਹ ਟੈਕਸ ਦਾ ਰੇਟ ਘਟਾ ਦਿੱਤਾ, ਲੇਕਿਨ ਇਹਨਾਂ ਨੇ ਥੋੜ੍ਹੀ ਜਿਹੀ ਇੱਕ ਜਗ੍ਹਾ ਦੇ ਉੱਤੇ ਥੋੜ੍ਹਾ ਜਿਹਾ ਵਧਾਇਆ ਵੀ ਹੈ, ਜਿਹੜੀ ਯੂਟੀਲਿਟੀ ਫੀਸ ਹੈ ਜਿੱਥੇ ਵਾਟਰ ਹੈ, ਵੇਸਟ ਵਾਟਰ ਹੈ, ਸਟੋਨ ਵਾਟਰ ਮੈਨੇਜਮੈਂਟ ਹੈ, ਵੇਸਟ ਕਲੈਕਸ਼ਨ ਹੈ, ਉਹਨਾਂ ਨੇ 1.32% ਵਧਾਈ ਹੈ, ਜਿਹੜੀ ਕਿ ਸਾਲ ਦੀ ਕੋਈ $20 ਬਣਦੀ ਹੈ, ਲੇਕਿਨ ਓਵਰਆਲ ਦੇਖਿਆ ਜਾਵੇ ਤਾਂ ਬੰਦੇ ਨੂੰ ਫਾਇਦਾ ਹੋ ਰਿਹਾ ਜੀ। ਮੁਬੱਸ਼ਰ ਜੀ, ਟੈਕਸ ਤਾਂ ਰਿਡਿਊਸ ਕੀਤਾ ਲੇਕਿਨ ਯੂਟੀਲਿਟੀ ਫੀ ਵਧਾਤੀ, ਇੱਧਰੋਂ ਦਿੱਤਾ ਅਤੇ ਇੱਧਰੋਂ ਲੈ ਲਿਆ, ਐਜ਼ ਏ ਆਲੋਚਕ ਕੀ ਕਹਿਣਾ? ਨਹੀਂ ਦੇਖੋ, ਇਹ ਸਿਰਫ $20 ਵਧਾਇਆ, ਤੁਸੀਂ ਦੇਖੋ ਤਾਂ ਸਟ੍ਰੈਥਕੋਨਾ ਕਾਉਂਟੀ ਜਿਹੜੀ ਹੈਗੀ ਹੈ ਕੈਨੇਡਾ ਦੀ 2ਜੀ 3ਜੀ ਅਮੀਰ ਤਰੀਨ ਕਾਉਂਟੀਆਂ ਦੇ ਵਿੱਚੋਂ ਇੱਕ ਹੈ, ਇੱਥੇ $20 ਵਧਾ ਵੀ ਦਿੱਤਾ ਅਤੇ ਉਹਨਾਂ ਦੀ ਜੇਬ ਤੋਂ ਕੋਈ ਇੰਨਾ ਬਹੁਤਾ ਨਹੀਂ ਜਾਣਾ। ਸਾਡੀ ਜੇਬਾਂ ਦੇ ਵਿੱਚੋਂ ਹਰ ਸਾਲ ਇਹਦੇ ਨਾਲੋਂ ਬਹੁਤ ਜ਼ਿਆਦਾ ਜਾ ਰਿਹਾ, ਇਹ ਫੀਸਾਂ ਦੇ ਵਿੱਚ ਹੀ ਨਹੀਂ ਪ੍ਰੋਪਰਟੀ ਟੈਕਸਾਂ ਦੇ ਵਿੱਚ। ਮੇਰਾ ਖਿਆਲ ਐਡਮਿੰਟਨ ਨੂੰ ਡੈਫੀਨੇਟਲੀ ਸਟ੍ਰੈਥਕੋਨਾ ਕਾਉਂਟੀ ਤੋਂ ਸਿੱਖਣ ਦੀ ਲੋੜ ਹੈ, ਕਿਉਂਕਿ ਐਡਮਿੰਟਨ ਦੇ ਵਿੱਚ ਪਿਛਲੇ 7-8 ਸਾਲ ਤੋਂ ਲਗਾਤਾਰ ਹਰ ਸਾਲ 3-5% ਜਿਹੜਾ ਟੈਕਸ ਵੱਧਦਾ, ਇਹ ਰੌਲਾ 5% ਦਾ ਪਾਉਂਦੇ ਨੇ, ਵਧਾਉਣਾ ਉਹਨਾਂ 3-4% ਹੀ ਹੁੰਦਾ, ਅਤੇ ਫਿਰ ਕਰ ਕਰਕੇ ਤਾਂ ਫਿਰ ਹੀਰੋ ਬਣ ਜਾਂਦੇ ਨੇ ਕਿ ਜੇ ਤੁਸੀਂ ਦੇਖੋ ਜੀ 3% 3.5% 3% 'ਤੇ ਰੋਕਦਾ ਹੈ। ਪਰ ਗੱਲ ਐਵੇ ਕਿ ਜਿਹੜੇ ਲੋਕਾਂ ਨੂੰ ਤੁਸੀਂ ਟੈਕਸ ਵਧਾਉਣ ਦਿਓ, ਸਾਰਿਆਂ ਦੀ ਤਨਖਾਹ 3-3.5% ਵੱਧਦੀ ਪਈ ਹੈ, ਕਿਸੇ ਦੀ ਨਹੀਂ ਵੱਧਦੀ, ਸਿਰਫ ਉਹ ਲੋਕ ਜਿਹੜੇ ਸਿਟੀ 'ਚ ਕੰਮ ਕਰਦੇ ਨੇ ਜਾਂ ਅਲਬਰਟਾ ਗੌਰਮੈਂਟ 'ਚ ਕਰਨ ਦੇ ਨੇ, ਉਹਨਾਂ ਦੀ ਵੱਧਦੀ ਹੈ, ਉਹਨਾਂ ਨੂੰ ਬਿਲਕੁਲ ਉਹਦਾ ਹੱਕ ਉਹਨਾਂ ਦਾ ਮਿਲਦਾ ਹੈ। ਪਰ ਜਿਹੜੇ ਪ੍ਰਾਈਵੇਟ ਕਰਨ ਦੇ ਨੇ, ਉਹਨਾਂ ਦੀ ਯਾ ਤਾਂ ਉੱਥੇ ਖਲੋਤੀ ਹੈ ਪਿਛਲੇ 3-4 ਸਾਲ ਤੋਂ, ਜਾਂ ਘਟੀ ਹੈ, ਠੀਕ ਹੈ। ਇਸ ਵਾਸਤੇ ਮੇਰਾ ਜਿਹੜਾ ਘਰ ਦਾ ਬਿੱਲ ਹੈਗਾ, ਜਿਹੜਾ ਮੈਂ ਅੱਜ ਤੋਂ 3-4 ਸਾਲ ਪਹਿਲੇ ਦਿੰਦਾ ਸਾਂ, ਉਹ ਵੱਧ ਗਿਆ ਬਹੁਤ ਜ਼ਿਆਦਾ, ਬਿਜਲੀ ਦਾ ਹੀ ਵੱਧ ਗਿਆ। ਫਿਰ ਬਿੱਲਾਂ ਦੇ ਵਿੱਚ ਸਿਰਫ ਇਹੀ ਇੱਕ ਮੁਸੀਬਤ ਨਹੀਂ ਕਿ ਬਿੱਲ ਵੱਧ ਗਿਆ, ਬਿੱਲ ਤਾਂ ਇੰਨਾ ਨਹੀਂ ਵੱਧਦਾ ਹੈਗਾ, ਲੇਕਿਨ ਉਹਦੇ ਉੱਤੇ ਜਿਹੜੇ ਇਹ ਖਰਚਾ ਐਡਮਿਨਿਸਟ੍ਰੇਸ਼ਨ ਚਾਰਜਿਸ ਜੇ ਉਹ ਸਾਰਾ ਉਹ ਆਪਣੀ ਜਗ੍ਹਾ 'ਤੇ ਬਹੁਤ ਚਲ ਜਾਂਦੇ ਨੇ। ਸੋ ਇਹ ਸੀ ਸਟ੍ਰੈਥਕੋਨਾ ਕਾਉਂਟੀ ਦੇ ਵਿੱਚ ਜੋ ਬਿੱਲ ਪਾਸ ਕੀਤਾ ਗਿਆ। ਸੋ ਲੈਂਦੇ ਹਾਂ ਕਮਰਸ਼ੀਅਲ ਬ੍ਰੇਕ, ਇਸ ਤੋਂ ਬਾਅਦ ਅਗਲੇ ਵਿਸ਼ਿਆਂ ਬਾਰੇ। ਮਾਸਟਰ ਬ੍ਰੇਕ ਤੋਂ ਬਾਅਦ ਆਪ ਸਭ ਦਾ ਮੁੜ ਸਵਾਗਤ ਹੈ। ਸੋ ਵਿਚਾਰ ਚਰਚਾ ਨੂੰ ਜਾਰੀ ਰੱਖਦੇ ਹੋਏ ਹੁਣ ਗੱਲ ਕਰਦੇ ਹਾਂ ਅਲਬਰਟਾ ਦੇ ਵਿੱਚ ਫਲੂ ਸ਼ਾਰਟਸ ਦੀ। ਮੋਸਟਰ ਜੀ, ਜੋ ਫਲੂ ਸ਼ਾਰਟਸ ਦਾ ਮਾਮਲਾ ਹੈ, ਜਿਸ ਤਰ੍ਹਾਂ ਮੀਡੀਆ ਦੇ ਵਿੱਚ ਖਬਰ ਨਸ਼ਰ ਹੋ ਰਹੀ ਹੈ ਕਿ ਜਿੰਨੀ ਸਫਲਤਾ
ਫਲਿਊ ਸ਼ੋਟ ਦੇ ਸੰਬੰਧ ਵਿੱਚ ਮਿਲਣੀ ਚਾਹੀਦੀ ਸੀਗੀ ਉਹ ਨਹੀਂ ਮਿਲ ਰਹੀ। ਕੀ ਕਾਰਨ ਹੈ ਇਸ ਦੇ ਪਿੱਛੇ? ਇੰਨੀ ਅਵੇਅਰਨੈਸ ਦੇ ਬਾਵਜੂਦ ਵੀ ਲੋਕ ਫਲਿਊ ਸ਼ੋਟਸ ਨਹੀਂ ਲਗਵਾ ਰਹੇ? ਉਹਦੀ ਵਜ੍ਹਾ ਬਤੂਤਾ ਜੀ ਇਹ ਵੇ ਕਿ ਫਲੂ ਸ਼ੋਟ ਜਿਹੜਾ ਹੈਗਾ ਉਹ ਓਨਾ ਹੀ ਇਫੈਕਟਿਵ ਹੈ ਜਿਸ ਸਟ੍ਰੇਨ ਵਾਸਤੇ ਉਹ ਬਣਾਇਆ ਜਾਂਦਾ ਜੀ। ਪਰ ਹਰ ਸਾਲ ਜਿਹੜਾ ਉਹ ਇੱਕ ਨਵਾਂ ਸਟ੍ਰੇਨ ਇੱਕ ਸਾਹਮਣੇ ਆ ਜਾਂਦਾ ਜਿਹਦੀ ਵਜ੍ਹਾ ਤੋਂ ਉਹ ਬਾਅਦ ਕਦੇ ਇੰਨਾ ਇਫੈਕਟਿਵ ਨਹੀਂ ਰਹਿੰਦਾ। ਅਤੇ ਫਿਰ ਲੋਕ ਇਹ ਕਹਿੰਦੇ ਨੇ ਕਿ ਯਾਰ ਲਵਾਇਆ ਨਾ ਲਵਾ ਇੱਕੋ ਬਰਾਬਰ ਪੈਣਾ, ਲੇਕਿਨ ਫਾਇਦਾ ਕੀ? ਲੇਕਿਨ ਗੱਲ ਉਹਦੇ 'ਚ ਹੈ ਕਿ ਅੱਜ ਕੱਲ੍ਹ ਜਿਹੜੇ ਸਟ੍ਰੇਨ ਚੱਲਦੇ ਪੈਂਦੇ, ਚਾਰ ਸਟ੍ਰੇਨ ਚੱਲਦੇ ਪਏ ਨੇ, ਇਹ H1N1 ਜਿਹੜਾ ਹੈਗਾ ਪੁਰਾਣਾ ਤੁਹਾਨੂੰ ਪਤਾ ਹੀ ਹੈਗਾ, ਉਹਦੇ ਵਾਸਤੇ ਉਹ ਬੜਾ ਇਫੈਕਟਿਵ ਹੈਗਾ। ਦੋ ਸਟ੍ਰੇਨ ਜਿਹੜੇ ਹੈਗੇ ਨੇ ਇਨਫਲੂਐਂਜ਼ਾ ਬੀ ਦੇ ਹੈਗੇ ਨੇ, ਉਹਨਾਂ ਵਾਸਤੇ ਉਹ ਬੜਾ ਇਫੈਕਟਿਵ ਹੈਗਾ। ਇੱਕ ਨਵਾਂ ਜਿਹੜਾ ਸਟ੍ਰੇਨ ਇਸ ਟਾਈਮ ਚੱਲਦਾ ਪਿਆ H3N2, ਉਹਦੇ ਵਾਸਤੇ ਇਹ ਵਾਲਾ ਫਲੂ ਸ਼ਾਟ ਜਿਹੜਾ ਸਿਰਫ 10% ਇਫੈਕਟਿਵ ਹੈ ਉਹਨੂੰ ਬਚਾਉਣ ਵਾਸਤੇ। ਪਰ ਇਹਦਾ ਇਹ ਮਤਲਬ ਨਹੀਂ ਗਾ ਕਿ ਉਹ ਕੋਈ ਫਾਇਦਾ ਨਹੀਂ ਦੇਗਾ। ਜੇ ਤੁਸੀਂ ਫਲੂ ਸ਼ਾਟ ਲਗਵਾਇਆ ਹੈਗਾ ਅਤੇ H3N2 ਜੇ ਤੁਹਾਨੂੰ ਹੋ ਵੀ ਜਾਂਦਾ ਹੈ ਤਾਂ ਫਿਰ ਵੀ ਉਹਦੀ ਜਿਹੜੀ ਸ਼ਿੱਦਤ ਹੈ ਉਹ ਕੰਟਰੋਲ 'ਚ ਰਹਿੰਦੀ ਹੈ, ਉਹ ਤੁਹਾਨੂੰ ਉਨਾ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਉਂਦਾ। ਖਾਸ ਤੌਰ 'ਤੇ ਬੱਚਿਆਂ ਵਾਸਤੇ ਅਤੇ ਬੁੱਢਿਆਂ ਵਾਸਤੇ ਇਹ ਫਲੂ ਜਿਹੜਾ ਹੈਗਾ ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਹੈਗਾ। ਇਸ ਵਾਸਤੇ ਮੇਰਾ ਖਿਆਲ ਹੈ ਕਿ ਦੇਖੋ ਪੂਰਾ 100% ਫਾਇਦਾ ਕੋਈ ਵੀ ਸ਼ਾਇਦ ਤੁਹਾਨੂੰ ਨਹੀਂ ਦੇਣ ਲੱਗੀ। ਇਸ ਵਾਸਤੇ ਚਾਂਸਿਸ ਲਵੋ। ਫਲੂ ਸ਼ਾਟ ਲਗਵਾਉਣ ਦੇ ਵਿੱਚ ਤੁਹਾਨੂੰ ਮਹਿਸੂਸ ਵੀ ਹੁੰਦਾ, ਇੱਕ ਕਲਿੱਕ ਵੀ ਨਹੀਂ ਤੁਹਾਨੂੰ ਪਤਾ ਵੀ ਲੱਗਦੀ ਹੈਗੀ ਫਲੂ ਸ਼ਾਟ ਲੱਗ ਜਾਂਦਾ ਹੈਗਾ, ਅਤੇ ਉਹਦਾ ਤੁਹਾਨੂੰ ਕੋਈ ਨਾ ਕੋਈ ਫਾਇਦਾ ਡੈਫੀਨੇਟਲੀ ਹੋਏਗਾ। ਅੱਜ ਕੱਲ੍ਹ ਫ੍ਰੀ ਲੱਗਦਾ ਪਿਆ ਵੇ, ਲੇਕਿਨ ਇੱਕ ਮੈਂ ਖਿਆਲ ਹੋ 2-2.5 ਹਫ਼ਤੇ ਹੋਰ ਚੱਲਣਾ, ਉਹਦੇ ਬਾਅਦ ਉਹ ਫਲੂ ਸ਼ਾਟ ਬੰਦ ਹੋ ਜਾਂਦੇ ਨੇ ਜਦੋਂ ਸਰਦੀ ਸਹੀ ਸਟਾਰਟ ਹੋ ਜਾਂਦੀ ਹੈ, ਉਦੋਂ ਇੱਥੇ ਰੋਕ ਦਿੰਦੇ ਨੇ। ਪਰ ਸਵਾਲ ਇਹ ਹੈ ਕਿ ਇੰਨੀ ਐਡਵਰਟਾਈਜ਼ਮੈਂਟ ਦੇ ਬਾਵਜੂਦ, ਇੰਨਾ ਅਵੇਅਰਨੈਸ ਲਿਆਉਣ ਦੇ ਬਾਵਜੂਦ ਅਜੇ ਵੀ ਲੋਕ ਕੰਨੀ ਕਤਰਾਉਂਦੇ ਨੇ? ਕੰਨੀ ਇਸ ਤੋਂ ਕਤਰਾਉਂਦੇ ਨੇ, ਦੋ ਉਹਦੇ 'ਚ ਵਜੂਹਾਂ ਹੈਗੀਆਂ ਨੇ। ਇੱਕ ਤਾਂ ਇਹ ਵੇ ਕਿ ਲੋਕਾਂ ਨੂੰ ਟਾਈਮ ਦੀ ਬੜੀ ਕਮੀ ਹੈ, ਠੀਕ ਹੈ, ਠੰਡ ਦੇ ਵਿੱਚ ਘਰ ਆ ਗਿਆ, ਹੁਣ ਕੰਮ ਤੋਂ ਥੱਕਿਆ ਟੁੱਟਿਆ, ਹੁਣ ਮੈਂ ਕਿੱਥੇ ਜਾਵਾਂ। ਲੇਕਿਨ ਇਹਦੇ 'ਚ ਇਸ ਦਫ਼ਾ ਬੜੀ ਅੱਛੀ ਗੱਲ ਕੀਤੀ ਹੈ ਕਿ ਜਿਹੜੀ ਅਕਸਰ ਫਾਰਮੈਸੀਆਂ ਦੀ ਐਡਵਰਟਾਈਜ਼ਮੈਂਟਸ ਆ ਰਹੀਆਂ ਨੇ, ਉਹਨਾਂ ਸਾਰਿਆਂ ਨੇ ਇਹੀ ਕਿਹਾ ਕਿ ਤੁਹਾਨੂੰ ਅਪੁਆਇੰਟਮੈਂਟ ਦੀ ਲੋੜ ਨਹੀਂ ਹੈਗੀ। ਮੈਂ ਆਪ ਗਿਆ ਵਾਂ ਇੱਕ ਦਿਨ ਜਾ ਕੇ, ਮੈਂ ਕਿਹਾ ਜੀ ਮੈਂ ਫਲੂ ਸ਼ਾਟ ਲਵਾਉਣਾ, ਲਿਟਰਲੀ ਮੈਨੂੰ 5 ਮਿੰਟ ਵੀ ਨਹੀਂ ਲੱਗੇ ਪੂਰੇ, ਕੋਈ ਛੋਟਾ ਜਿਹਾ ਫਾਰਮ ਸੀ ਫਿਲ ਕਰਨਾ, ਉਹ ਫਾਰਮ ਫਿਲ ਕਰਕੇ ਦਿੱਤਾ, ਅਗਲਿਆਂ ਨੇ ਨੱਕ ਅੜਕ ਕੇ ਲਾਇਆ ਅਤੇ ਗੱਲ ਖਤਮ। ਇਸ ਵਾਸਤੇ ਇਹ ਜਿਹੜਾ ਔਖਾ ਸੌਖਾ ਹੋ ਕੇ ਚਲੇ ਜਾਣਾ ਚਾਹੀਦਾ, ਲਵਾ ਲੈਣਾ ਚਾਹੀਦਾ। ਗੌਰਮੈਂਟ ਨੇ ਪੈਸਾ, ਸਾਡੇ ਟੈਕਸਾਂ ਦੀ ਪੈਸਾ ਇੱਥੇ ਖਰਚ ਹੋ ਰਿਹਾ ਅਤੇ ਉਹਨੂੰ ਇਸਤੇਮਾਲ ਕਰਨਾ ਚਾਹੀਦਾ। ਮੇਰਾ ਖਿਆਲ ਹੈ ਤੁਹਾਡਾ ਇਹ ਜੋ ਨਿੱਜੀ ਤਜਰਬਾ, ਲੋਕ ਟੀ ਵੀ 'ਤੇ ਤੁਹਾਡੀ ਗੱਲਬਾਤ ਸੁਣ ਰਹੇ ਨੇ ਜੀ, ਇਸ ਦਾ ਜ਼ਰੂਰ ਮੈਂ ਆਪ ਪਹਿਲੀ ਵਾਰੀ ਲਵਾਇਆ, ਇਹ ਦਫ਼ਾ ਮੈਂ ਕਿਹਾ ਲਵਾ ਹੀ ਲਵਾ ਇਸ ਦਫ਼ਾ, ਲੇਕਿਨ ਲਿਟਰਲੀ ਬਹੁਤ ਈਜ਼ੀ ਸੀ ਜੀ। ਤੁਹਾਡਾ ਕੀ ਪ੍ਰਤੀਕਰਮ ਹੈ ਇਸ ਦੇ ਬਾਰੇ? ਦੇਖੋ ਜੀ, ਆਪਣੇ ਜਿਹੜੇ ਹੁਣ ਸਟੈਟਿਸਟਿਕਸ ਬਣੀ ਆਪਾਂ ਨਿਗਾਹ ਮਾਰੀਏ ਤਾਂ ਉਹ 10% ਇਫੈਕਟਿਵ ਕਿਹਾ ਮੁਬਸ਼ਰ ਉਹਨਾਂ ਨੇ H3N2। ਉਹਦੇ 'ਚ ਹੁੰਦਾ ਕੀ ਹੈ ਕਿ ਜਿਹੜੇ ਲੋਕਾਂ ਨੇ ਲਗਵਾਉਣਾ ਉਹ ਤਾਂ ਲਗਵਾਉਣਾ ਹੀ ਹੈ, ਜਿਨ੍ਹਾਂ ਨੇ ਨਹੀਂ ਲਗਵਾਇਆ ਉਹ ਡਿਫਰੈਂਟ ਹੈ। ਇਹਦੇ 'ਚ ਜਿਹੜੇ ਸਾਇੰਟਿਸਟ ਹੈ ਨਾ ਉਹ ਕੀ ਕਰਦੇ ਆ ਕਿ ਜਿਹੜਾ ਸਟ੍ਰੇਨ ਆ ਉਹਦੇ ਬਾਰੇ ਪ੍ਰੈਡਿਕਸ਼ਨ ਕਰਦੇ ਹੈ ਕਿ ਕਿਹੜਾ ਸਟ੍ਰੇਨ ਆਏਗਾ ਅੱਗੇ ਜਾ ਕੇ, ਕਿਉਂਕਿ ਫਲੂ ਸ਼ੋਟ ਬਣਨੇ ਸ਼ੁਰੂ ਹੁੰਦੇ ਆ ਬਹੁਤ ਅਰਲੀ ਜੀ, ਕਿਉਂ ਉਹਦਾ ਇਨਕਿਊਬੇਸ਼ਨ ਪੀਰੀਅਡ ਹੁੰਦਾ ਸਾਰਾ ਕੁਛ ਆ ਵਾਇਰਸ ਦਾ। ਉਹਨਾਂ ਨੇ ਉਹਨੂੰ ਬਣਾਉਣਾ, ਉਹਨੂੰ ਮਾਰਕੀਟ ਤੱਕ ਲੈ ਕੇ ਜਾਣਾ, ਔਰ ਫਲੂ ਸ਼ੋਟ ਆਪਣੇ ਜੋ ਫਲੂ ਪੀਰੀਅਡ ਹੈ ਨਵੰਬਰ ਦਸੰਬਰ ਤੋਂ ਸਟਾਰਟ ਹੋ ਜਾਂਦੇ ਆ। ਉਹਨਾਂ ਨੇ ਪ੍ਰੋਡਿਕਟ ਕਰਨਾ ਹੁੰਦਾ ਕਿ ਜੀ ਆਹ ਵਾਲਾ ਸਟ੍ਰੇਨ ਆਏਗਾ, ਉਹ ਹੁੰਦਾ ਕੀ ਹੈ ਕਿ ਉਹ 100% ਪ੍ਰੋਡਿਕਟ ਨਹੀਂ ਕਰ ਸਕਦੇ, ਅਤੇ ਇਹ ਜਿਹੜਾ ਸਟ੍ਰੇਨ ਆ ਥੋੜ੍ਹਾ ਜਿਹਾ ਚੇਂਜ ਹੋ ਗਿਆ, ਤਾਂ ਉਹਦੇ ਕਰਕੇ ਉਹ ਕਹਿੰਦੇ 10% ਇਫੈਕਟਿਵ ਹੈ। ਲੇਕਿਨ ਹੁਣ ਇਹਦੇ 'ਚ ਇਹ ਵੀ ਹੈ ਕਿ ਜਿਹੜਾ ਅਲਬਰਟਾ ਹੈਲਥ ਸਰਵਿਸਿਜ਼ ਜਾਂ ਹੋਰ ਹੈ ਉਹ ਵੀ ਆਪਦੇ ਬਣੀ ਉਹ ਪ੍ਰਪੇਅਰ ਹੋ ਰਿਹਾ, ਕਿਉਂਕਿ ਆਪਣੇ ਜਿਵੇਂ ਪਤਾ ਲੱਗਿਆ ਕਿ ਐਡਮਿੰਟਨ 'ਚ ਇੱਕ ਬੰਦੇ ਦੀ ਡੈਥ ਵੀ ਹੋ ਚੁੱਕੀ ਹੈ ਰੀਸੈਂਟਲੀ। ਸੋ ਕੁੱਲ ਮਿਲਾ ਕੇ ਜ਼ਰੂਰ ਸਾਨੂੰ ਫਲੂ ਸ਼ੋਟ ਲਾਉਣੇ ਚਾਹੀਦੇ ਨੇ, ਡੈਫੀਨੇਟਲੀ। ਇਸ ਦਾ ਨੁਕਸਾਨ ਕੋਈ ਨਹੀਂ, ਫਾਇਦਾ ਹੀ ਫਾਇਦਾ ਹੀ ਫਾਇਦਾ। ਹਾਂ, ਅਗਲੇ ਵਿਸ਼ੇ ਵੱਲ ਵੱਧਦੇ ਹਾਂ, ਅਤੇ ਅਗਲਾ ਬੜਾ ਰੌਚਕ ਵਿਸ਼ਾ ਇਸ ਵੇਲੇ ਪੂਰਾ ਇਹ ਚਰਚਾ ਦੇ 'ਚ, ਅਨਲੋਕਡ ਸੈੱਲ ਫੋਨ ਦੀ ਗੱਲ ਕਰਦੇ ਹਾਂ। ਬਿਲਕੁਲ, ਜੋ ਅਨਲੋਕਡ ਸੈੱਲ ਫੋਨ ਨੇ ਇਸ ਦੇ ਬਾਰੇ ਕੈਨੇਡੀਅਨ ਸਰਕਾਰ ਕਹਿੰਦੀ ਹੈ ਕਿ ਇਸ ਦੇ ਨਾਲ ਮਨੀ ਸੇਵ ਹੋਵੇਗੀ, ਖਾਸ ਕਰਕੇ ਸੈੱਲ ਫੋਨਸ ਵਾਲੇ ਵੀ ਦਾਅਵਾ ਕਰਦੇ ਨੇ, ਅਤੇ ਇਸ ਦੀ ਪਹਿਲਾਂ ਲੋੜ ਕਿਉਂ ਪਈ ਅਨਲੋਕ ਕਰਨ ਦੀ ਜੀ? ਦੇਖੋ ਜੀ, ਆਪਣੇ ਜਿਹੜੇ ਨਾ ਰੇਟਸ ਹੈਗੇ ਆਲਮੋਸਟ ਸਾਰੇ ਦੁਨੀਆ ਦੇ ਵਿੱਚ, ਸਾਡੇ ਕੈਨੇਡਾ ਦੇ ਜਿਹੜੇ ਸੈੱਲਫੋਨਸ ਦੇ ਰੇਟ ਆ ਬਹੁਤ ਜ਼ਿਆਦਾ ਹਾਈ ਹੈ। ਉਹਦੀ ਕਈ ਰੀਜ਼ਨਾਂ ਹੈਗੀਆਂ ਨੇ, ਅਤੇ ਉਹ ਜਿਹੜੇ ਰੇਟਸ ਆਈ ਹੈ ਨਾ ਉਹਦੇ ਕਰਕੇ ਲੋਕ ਜਦੋਂ ਬਾਹਰ ਜਾਂਦੇ ਆ ਟਰੈਵਲ ਕਰਦੇ ਆ, ਕੋਈ US ਗਿਆ ਜਾਂ ਕੋਈ ਆਪਣੇ ਇੰਡੀਆ ਗਿਆ ਜਾਂ ਸਾਊਥ ਅਮੈਰੀਕਾ ਗਿਆ, ਕਿਤੇ ਵੀ ਹੈ, ਉਹਨਾਂ ਦੇ ਫੋਨਸ ਲੋਕ ਹੁੰਦੇ ਹੈ, ਅਤੇ ਕਈ ਬੰਦੇ ਜਾਂਦੇ ਆਪਦਾ ਕਿਸੇ ਕੋਲ ਜਾ ਕੇ ਅਨਲੋਕ ਕਰਵਾ ਰਹੇ ਆ ਜਾਂ ਕੁਛ ਹੋਰ ਕਰ ਰਹੇ ਹੈ ਤਾਂ ਕਿ ਉਹ ਆਪਦਾ ਬਾਹਰ ਜਾ ਕੇ ਫੋਨ ਯੂਜ਼ ਕਰ ਸਕਣ। ਕਿਉਂਕਿ ਜੇ ਅਸੀਂ ਉਰੋਂ ਜਾ ਕੇ ਇੰਟਰਨੈਸ਼ਨਲ ਡੇਟਾ ਰੇਟਸ ਲੈ ਕੇ ਜਾਂਦੇ ਹਾਂ, ਕੋਈ ਅਪਰੋਕਸੀਮੇਟਲੀ 100 text 100 phone calls ਹੋ ਗਈਆਂ ਜਾਂ 100 MB ਦਾ ਡੇਟਾ, ਜਿਹੜਾ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ 100 MB ਤਾਂ ਬਹੁਤ ਈਜ਼ੀ ਹੈਗਾ, ਤੁਸੀਂ ਵਟਸਐਪ ਚੈੱਕ ਕਰੋ ਅਤੇ 100 MB ਗਿਆ, ਉਹਦੇ ਰੇਟਸ ਬਹੁਤ ਜ਼ਿਆਦਾ ਆ। ਹੁਣ CRTC ਨੇ, ਲੋਕਾਂ ਨੇ ਬਹੁਤ ਕੰਪਲੇਂਟ ਕਰੀ, ਤਾਂ CRTC ਨੇ ਇਹ ਕਾਨੂੰਨ ਬਣਾਇਆ ਕਿ ਜੀ 1 ਦਸੰਬਰ ਜਿਹੜਾ ਕਿ ਆਪਣਾ ਪਿਛਲਾ ਫਰਾਈਡੇ ਨਿਕਲਿਆ, ਉਸ ਤੋਂ ਬਾਅਦ ਜਿੰਨੇ ਵੀ ਫੋਨ ਜਿਹੜੇ ਹੁਣ ਕੈਨੇਡਾ ਦੇ ਵਿੱਚ ਸੋਲਡ ਹੋਣਗੇ ਉਹ ਸਾਰੇ ਅਨਲੋਕ ਹੋਣਗੇ। ਉਸ ਦੇ ਨਾਲ ਹੁਣ ਆਪਾਂ ਨੂੰ ਕਿਸੇ ਦੁਕਾਨ 'ਤੇ ਨਹੀਂ ਜਾਣਾ ਪਏਗਾ, ਸਾਨੂੰ ਜਿਹੜੇ ਸੈੱਲ ਫੋਨ ਕੰਪਨੀਜ਼ ਹੈਗੀਆਂ ਨੇ ਉਹ ਅੱਗੇ ਕੀ ਕਰਦੀਆਂ, $50
ਤੇ CRTC ਕਹਿੰਦੀ ਵੀ ਤੁਸੀਂ ਪਿਛਲੇ ਸਾਲ 38 million ਲੋਕਾਂ ਤੋਂ ਲੈ ਲਿਆ ਟੋਟਲ, ਜਿਨ੍ਹਾਂ ਨੇ ਸੈਲਫੋਨ ਅਨਲੋਕ ਕਰਾਏ ਆ, ਤੇ ਬੰਦਾ ਬਾਹਰ ਜਾਂਦਾ ਤੇ ਉਹ ਜਿਹੜੇ ਪੈਸੇ ਆ ਕੰਪਨੀਜ਼ ਬਣਾ ਰਹੀਆਂ ਤੇ ਬੰਦਿਆਂ ਦੇ ਕੋਲੋਂ ਪਾਕਟ 'ਚੋਂ ਪੈਸੇ ਜਾ ਰਹੇ ਆ, ਜਿਹੜੇ ਉਹਨਾਂ ਕੋਲ ਫਰੀਡਮ ਯਾਨੀ ਕਿ ਬਾਹਰ ਜਾਈਏ ਤੇ ਅਸੀਂ ਆਪਦਾ ਸੈਲਫੋਨ ਜਿਹੜਾ ਇੱਥੇ ਯੂਜ਼ ਕਰ ਰਹੇ ਹਾਂ ਕੈਨੇਡਾ 'ਚ ਬਾਹਰ ਜਾ ਕੇ ਯੂਜ਼ ਕਰੀਏ, ਜਿਹੜਾ ਕਿ ਸਾਡਾ ਆਲਮੋਸਟ ਅਧਿਕਾਰ ਹੈ ਅੱਜ ਕੱਲ੍ਹ 21st century ਹੈ। ਪਹਿਲਾਂ ਇਹ ਕੰਮ ਜ਼ਰੂਰ ਸੀ ਕਿ ਉਹਨਾਂ ਨੂੰ ਉਹ ਲੋਕ ਕਰਕੇ ਰੱਖਣੇ ਪੈਂਦੇ ਸੀ, ਅਤੇ ਇਸ ਕਰਕੇ ਜਿਹੜਾ CRTC ਨੇ ਉਹ ਅਲਾਓ ਕਰਿਆ ਅਤੇ ਹੁਣ ਆਪਣੇ ਜਿਹੜੇ ਬੰਦੇ ਹੈਗੇ ਉਹ ਬਹੁਤ ਖੁਸ਼ੀ ਮਨਾ ਰਹੇ ਹੈ ਕਿ ਜੀ ਹੁਣ ਸਾਨੂੰ ਅਨਲੋਕ ਕਰਾਉਣ ਦੇ $50 ਨਹੀਂ ਦੇਣੇ ਪੈਣਗੇ। ਜੀ ਮੋਸ਼ ਜੀ, ਬੰਦੇ ਤਾਂ ਸਾਰੇ ਖੁਸ਼ੀ ਮਨਾ ਰਹੇ ਹੈ, ਤੁਸੀਂ ਨਿੱਜੀ ਤੌਰ 'ਤੇ ਕਿਵੇਂ ਲੈ ਰਹੇ ਹੋ? ਦੇਖੋ ਮੈਂ ਇਸ ਲਿਹਾਜ਼ ਨਾਲ ਇੱਥੇ ਬੜਾ ਖੁਸ਼ ਹਾਂ, ਮੈਂ ਟਰੈਵਲ ਕਾਫੀ ਕਰਨਾ ਵਾਂ ਅਤੇ ਹਰ ਦਫਾ ਮੈਨੂੰ $400-500 ਜਿਹੜਾ ਉਹ ਰੋਮਿੰਗ ਚਾਰਜਿਸ ਦੇ ਵਿੱਚ ਇਹ ਚਾਰਜ ਕਰ ਲੈਂਦੇ ਸਨ, ਬਹੁਤ ਥੋੜ੍ਹੇ ਜਿਹੇ ਸਰਵਿਸ ਦੇ ਬਦਲੇ। ਪਰ ਇਹਦੇ ਨਾਲ ਨਾਲ ਸਾਡੇ ਦੇਸੀ ਲੋਕਾਂ ਦਾ ਖਾਸ ਤੌਰ 'ਤੇ ਬੇਸ਼ੁਮਾਰ ਛੋਟੀਆਂ ਛੋਟੀਆਂ ਸੈਲੂਲਰ ਸ਼ਾਪਾਂ ਹੈਗੀਆਂ ਨੇ ਜਿਨ੍ਹਾਂ ਦਾ ਇੱਕ ਮੇਨ ਬਿਜ਼ਨਸ ਸੈਲਫੋਨ ਅਨਲੋਕ ਕਰਨਾ ਹੈਗਾ ਸੀ, ਇਹ ਉਹਨਾਂ ਸਾਰਿਆਂ ਦੀ ਰੋਜ਼ੀ ਵੀ ਖੋਏਗਾ। ਜਿਹੜਾ 38 million ਤਾਂ ਕੰਪਨੀਆਂ ਨੇ ਲਿਆ ਨਾ, ਇਹ ਮੇਰਾ ਖਿਆਲ 38 million ਦੀ ਜਿਹੜਾ ਉਹ ਸਾਡੇ ਭਰਾਵਾਂ ਦੀ ਜੇਬ 'ਚ ਵੀ ਗਿਆ ਹੋਣਾ, ਜਿਹੜੇ ਉਹ ਛੋਟਾ ਮੋਟਾ ਕੰਮ ਕਰਦੇ ਸਨ, ਅਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਸੋ ਕੁੱਲ ਮਿਲਾ ਕੇ ਜੋ ਅਨਲੋਕ ਸੈਲਫੋਨ ਸੰਬੰਧੀ ਫੈਸਲਾ ਕੀਤਾ ਗਿਆ, CRTC ਵੱਲੋਂ ਫਰਮਾਨ ਆਇਆ, ਇਹ ਲੋਕਾਂ ਦੇ ਹਿੱਤਾਂ 'ਚ ਨੇ। ਘੱਟੋ ਘੱਟ ਹੁਣ ਲੁੱਟਮਾਰ ਤੋਂ ਲੋਕ ਬਚ ਜਾਣਗੇ, ਕਿਉਂਕਿ ਪ੍ਰਾਈਵੇਟ ਸ਼ੋਪਸ ਵਾਲੇ ਵੀ ਜੋ ਅਨਲੋਕ ਕਰਦੇ ਸੀ ਉਹ ਮੂੰਹ ਮੰਗੇ ਪੈਸੇ ਲੈਂਦੇ ਸਨ। ਸੋ ਇਹ ਸਾਰਾ ਖਮਿਆਜ਼ਾ ਜੋ ਕਸਟਮਰ ਨੂੰ ਭੁਗਤਣਾ ਪੈਂਦਾ ਸੀ, ਇਹ ਸਾਰਾ ਕੁਝ ਫੈਸਲਾ CRTC ਨੇ ਲਿਆ ਹੈ, ਕਸਟਮਰ ਦੇ ਕੰਜ਼ਿਊਮਰ ਦੇ ਹਿੱਤਾਂ ਦੇ ਵਿੱਚ ਹੈ। ਅਗਲੇ ਵਿਸ਼ੇ ਵੱਲ ਵੱਧਦੇ ਹਾਂ, ਅਗਲਾ ਇੰਟਰਨੈਸ਼ਨਲ ਮਾਮਲਾ ਹੈ। ਇੰਟਰਨੈਸ਼ਨਲ ਓਲੰਪਿਕ ਕਮੇਟੀ ਵੱਲੋਂ ਰਸ਼ੀਆ 'ਤੇ ਜੋ ਓਲੰਪਿਕਸ 2018 ਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਹੋ ਰਹੀਆਂ ਨੇ ਉਸ 'ਤੇ ਬੈਨ ਲਗਾ ਦਿੱਤਾ ਗਿਆ ਹੈ, ਅਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਅਗਰ ਉਹਨਾਂ ਦੇ ਅਗਰ ਉਹ ਰਸ਼ੀਆ ਵੱਲੋਂ ਖੇਡਦੇ ਨੇ ਤਾਂ ਪਾਬੰਦੀ ਹੈ, ਲੇਕਿਨ ਨਿੱਜੀ ਤੌਰ 'ਤੇ ਜੇ ਰਸ਼ੀਆ ਵੱਲੋਂ ਕੋਈ ਇੰਡੀਵਿਜੁਅਲ ਤੌਰ 'ਤੇ ਖਿਡਾਰੀ ਖੇਡਣਾ ਚਾਹੁੰਦੇ ਨੇ ਤਾਂ ਉਹ ਖੇਡ ਸਕਦੇ ਨੇ। ਦੇਖੋ ਗੱਲ ਇਹ ਵੇ ਕਿ ਇਹ ਪਿਛਲੇ ਬੜੇ ਅਰਸੇ 'ਤੇ ਰਸ਼ੀਆ ਦੇ ਮਗਰ ਪਏ ਦੇ ਨੇ, ਇਹ ਸਾਕਰ ਦੇ ਵਿੱਚ ਵੀ ਹੋਇਆ ਸੀ, ਇਹ 2016 ਜਿਹੜਾ ਰੀਓ ਦੇ ਵਿੱਚ ਓਲੰਪਿਕਸ ਹੋਏ ਸੀ, ਸਮਰ ਓਲੰਪਿਕਸ, ਉਹਦੇ 'ਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ, ਬੇਸ਼ੁਮਾਰ ਰਸ਼ੀਅਨ ਐਥਲੀਟਸ ਉੱਤੇ ਪਾਬੰਦੀਆਂ ਲਾਈਆਂ ਗਈਆਂ ਸਨ। ਲੇਕਿਨ ਹੁਣ ਉਹਨਾਂ ਨੇ ਅੱਗੇ ਵੱਧ ਕੇ ਇਹ ਇੱਕ ਬੜਾ ਵੱਡਾ ਕਦਮ ਚੁੱਕਿਆ ਹੈਗਾ ਰਸ਼ੀਆ ਨੂੰ ਖਾਸ ਤੌਰ 'ਤੇ, ਮੈਨੂੰ ਲੱਗਦਾ ਕਿ ਉਹਨੂੰ ਬੇਸਿਕਲੀ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਉਹਨਾਂ ਦਾ ਪ੍ਰੈਜ਼ੀਡੈਂਟ ਪੁਟਿਨ ਉਹ ਬੜਾ ਨੈਸ਼ਨਲਿਸਟ ਕਿਸਮ ਦਾ ਹੈਗਾ ਬੰਦਾ, ਉਹ ਹਰ ਜਗ੍ਹਾ 'ਤੇ ਰਸ਼ੀਆ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਇਹ ਇੱਕ ਉਹਨੂੰ ਬੜੀ ਤਕੜੀ ਕਿਸਮ ਦੀ ਮਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਈ ਬੰਦੇ ਤੇਰੇ ਖੇਡ ਤਾਂ ਸਕਦੇ ਨੇ ਪਰ ਤੇਰੇ ਮੁਲਕ ਦੇ ਨਾਂ ਦੇ ਨਾਲ ਨਹੀਂ। ਅਤੇ ਮੇਰਾ ਨਹੀਂ ਖਿਆਲ, ਮੈਂ ਜ਼ਾਤੀ ਤੌਰ 'ਤੇ ਨਹੀਂ ਸਮਝਦਾ ਹੈਗਾ ਕਿ ਰਸ਼ੀਅਨ ਖਿਲਾੜੀ ਕੋਈ ਵੀ ਉਹਦੇ 'ਚ ਹਿੱਸਾ ਲਏਗਾ, ਜੇ ਹਿੱਸਾ ਲਏਗਾ ਤਾਂ ਫਿਰ ਪੁਟਿਨ ਚੰਗੀ ਤਰ੍ਹਾਂ ਨਿਪਟੇਗਾ ਉਹਨਾਂ ਨਾਲ। ਲੇਕਿਨ ਇਹ ਗੱਲ ਹੈ ਵੇ ਕਿ ਡੋਪਿੰਗ ਜਿਹੜੀ ਹੈ ਇਹ ਸਿਰਫ ਰਸ਼ੀਆ ਦਾ ਮਸਲਾ ਨਹੀਂ ਹੈਗਾ, ਇਹ ਹਰ ਮੁਲਕ ਦੇ ਵਿੱਚ ਹੁੰਦੀ ਹੈ, ਇੰਟਰਨੈਸ਼ਨਲ ਮਸਲਾ ਹੈਗਾ। ਹਾਂ ਉੱਥੇ ਥੋੜ੍ਹੀ ਜਿਹੀ ਔਰਗਨਾਈਜ਼ ਮੈਂ ਜ਼ਰੂਰ ਮੰਨ ਲੈਂਦਾ ਕਿ ਹੋਏਗੀ, ਲੇਕਿਨ ਇਹ ਅਸੀਂ ਕਹੀਏ ਕਿ ਕੋਈ ਅਮਰੀਕੀ ਖਿਲਾੜੀ ਜਾਂ ਕੋਈ ਕੈਨੇਡੀਅਨ ਖਿਲਾੜੀ ਡੋਪਿੰਗ ਨਹੀਂ ਕਰਦਾ, ਇਹ ਗੱਲ ਬਿਲਕੁਲ ਗਲਤ ਹੈਗੀ ਹੈ ਕਿ ਅਮਰੀਕਾ ਤਾਂ ਤੁਸੀਂ ਦੇਖੋ ਰਿਕਾਰਡ, ਸਭ ਤੋਂ ਉਹਨਾਂ ਦਾ ਸਟਰੋਂਗ ਬੰਦਾ ਜਿਹੜਾ ਇੱਕ ਹੁੰਦਾ ਸੀ ਨੀਲ ਆਰਮਸਟਰੋਂਗ, ਸਾਈਕਲਿੰਗ ਦੇ ਵਿੱਚ ਕਿੰਨੇ ਟੂਰ ਡੀ ਫਰਾਂਸ ਜਿੱਤੇ, ਦੁਨੀਆ ਦੇ ਉਹਨੇ ਰੇਸਾਂ ਜਿੱਤੀਆਂ, ਇੰਨੇ ਸਾਲਾਂ ਦੇ ਬਾਅਦ ਇੰਨੀਆਂ 25 trophies 24-25 ਟਰਾਫੀਆਂ ਉਹਨੂੰ ਵਾਪਸ ਕਰਨੀਆਂ ਪਈਆਂ ਜਦੋਂ ਉਹਨੇ ਆਪ ਐਡਮਿਟ ਕੀਤਾ ਕਿ ਜੀ ਮੈਂ ਡੋਪਿੰਗ ਕਰਦਾ ਰਿਹਾ ਵਾਂ। ਇਸ ਵਾਸਤੇ ਇਹਦਾ ਕੋਈ ਬਿਹਤਰ ਤਰੀਕਾ ਲੱਭਣਾ ਚਾਹੀਦਾ, ਉਹਨਾਂ ਨੂੰ ਇਹ ਚਾਹੀਦਾ ਕਿ ਬਈ ਹਰ ਰਸ਼ੀਆ ਦੀ ਏਜੰਸੀ ਤੁਹਾਡੇ ਖਿਡਾਰੀਆਂ ਦਾ ਟੈਸਟ ਕਰਨ ਦੀ ਬਜਾਏ ਇੰਟਰਨੈਸ਼ਨਲ ਏਜੰਸੀ ਕੋਈ ਉਹਦਾ ਡੋਪਿੰਗ ਟੈਸਟ ਕਰ ਲਵੇ, ਜਾਂ ਇੰਟਰਨੈਸ਼ਨਲ ਏਜੰਸੀ ਸਾਰੇ ਖਿਡਾਰੀਆਂ ਦਾ ਡੋਪਿੰਗ ਟੈਸਟ ਕਰ ਲਵੇ। ਮਸਲਾ ਉਹਨਾਂ ਨੇ ਆਵੇ ਕਿ ਰਸ਼ੀਅਨ ਏਜੰਸੀ ਕਰਨ ਲਈ ਸੀ, ਰਸ਼ੀਅਨ ਏਜੰਸੀ ਜ਼ਾਹਿਰ ਉਹ ਚੇਂਜ ਚੂੰਜ ਕਰ ਲੈਂਦੀ ਹੈ ਆਪਣਾ ਜੋ ਇਲਜ਼ਾਮ ਲਾਇਆ ਜਾ ਰਿਹਾ, ਅਤੇ ਇਹ ਮੇਰਾ ਖਿਆਲ ਹੈ ਕਿ ਇੱਕ ਅੱਛੀ ਮੂਵ ਨਹੀਂ ਹੈਗੀ, ਇਹਦੇ ਨਾਲ ਕਨਫਿਊਜ਼ਨ ਜ਼ਿਆਦਾ ਪੈਦਾ ਹੋਏਗੀ, ਦੁਸ਼ਮਣੀ ਬਹੁਤੀ ਪੈਦਾ ਹੋਏਗੀ, ਇਹਦਾ ਉਹਨਾਂ ਨੂੰ ਕੋਈ ਬਿਹਤਰ ਹੱਲ ਲੱਭਣਾ ਚਾਹੀਦਾ ਸੀ ਕਿ ਕਿਸੇ ਹੋਰ ਕੋਲੋਂ ਇੰਡੀਪੈਂਡੈਂਟ ਪਾਰਟੀ ਕੋਲੋਂ ਟੈਸਟਿੰਗ ਕਰਾਉਣ। ਸੋ ਦੋਸਤੋ, ਇੰਟਰਨੈਸ਼ਨਲ ਓਲੰਪਿਕ ਕਮੇਟੀ ਵੱਲੋਂ ਜੋ ਰਸ਼ੀਆ ਦੇ ਖਿਡਾਰੀਆਂ 'ਤੇ ਪਾਬੰਦੀ ਲਗਾਈ ਗਈ ਹੈ, ਇਹ ਨਿਰੋਲ ਸਿਆਸਤ ਤੱਕ ਹੀ ਜਾ ਰਹੀ ਹੈ, ਇਸ 'ਤੇ ਕੋਈ ਸੁਖਾਵਾਂ ਸਿੱਟੇ ਲਿਖਣ ਦੀ ਉਮੀਦ ਨਹੀਂ। ਸੋ ਇਸ ਨਾਲ ਮਾਸ਼ਰ ਬ੍ਰੇਕ ਤੋਂ ਬਾਅਦ ਇਸ ਸੈਗਮੈਂਟ ਦੇ ਵਿੱਚ ਅੱਜ ਕੁਛ ਕ੍ਰਾਈਮ ਦੀਆਂ ਖਬਰਾਂ ਸਾਂਝੀਆਂ ਕਰਾਂਗੇ ਅਤੇ ਕੁਛ ਇੱਕ ਈਵੈਂਟਸ ਬਾਰੇ ਜਾਣਕਾਰੀ ਦੇਵਾਂਗੇ। ਸਭ ਤੋਂ ਪਹਿਲੀ ਖਬਰ ਜੋ ਸਾਂਝੀ ਕਰ ਰਹੇ ਹਾਂ ਉਹ ਇੱਕ ਟਰੱਕਰ ਦੀ, ਇੱਕ ਟਰੱਕ ਡਰਾਈਵਰ ਸੀ ਜੋ ਐਂਥਨੀ ਹੈਂਡੇ 'ਤੇ ਕੱਲ੍ਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਦੋਂ ਉਹ ਐਂਥਨੀ ਹੈਂਡੇ 'ਤੇ ਡਰਾਈਵ ਕਰ ਰਿਹਾ ਸੀ ਅਤੇ ਅਚਾਨਕ ਉਸ ਦਾ ਟਰੱਕ ਸੜਕ 'ਤੇ ਲੱਗੇ ਪੋਲ ਦੇ ਵਿੱਚ ਜਾ ਟਕਰਾਇਆ, ਫਿਰ 200 meters ਸਾਈਡ 'ਤੇ ਫੈਂਸ ਵਿੱਚ ਜਾ ਕੇ ਫਸ ਗਿਆ। ਪੁਲਿਸ ਦੀ ਸੂਚਨਾ ਅਨੁਸਾਰ ਇਹ ਜਦੋਂ ਡਰਾਈਵਰ ਜ਼ਖਮੀ ਡਰਾਈਵਰ ਸੀ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਅਤੇ ਉਹ ਉੱਥੇ ਜਾ ਕੇ ਦਮ ਤੋੜ ਗਿਆ।
ਸਵਾਲ ਉੱਠਦਾ ਇਹ ਹੈ ਹੁਣ ਕੀ ਕਿਸੇ ਹਾਦਸੇ ਕਾਰਨ ਉਸ ਡਰਾਈਵਰ ਦੀ ਮੌਤ ਹੋਈ ਹੈ ਜਾਂ ਕੋਈ ਹੋਰ ਕਾਰਨ ਸੀ। ਤਰ੍ਹਾਂ ਤਰ੍ਹਾਂ ਦੀਆਂ ਇਸ ਬਾਰੇ ਕਿਆਸਰਾਈਆਂ ਕੀਤੀਆਂ ਜਾ ਰਹੀਆਂ ਨੇ, ਲੇਕਿਨ ਫਿਲਹਾਲ ਸਪਸ਼ਟ ਰੂਪ ਦੇ ਵਿੱਚ ਪੁਲਿਸ ਵੱਲੋਂ ਕੋਈ ਇਸ ਦੇ ਕਾਰਨਾਂ ਦੇ ਬਾਰੇ ਰਿਪੋਰਟ ਨਹੀਂ ਜਾਰੀ ਕੀਤੀ ਗਈ, ਜੋ ਅਗਲੇ ਦਿਨ ਆਉਣ ਦੀ ਸੰਭਾਵਨਾ ਹੈ। ਇਹ ਐਂਥਨੀ ਹੈਂਡੇ 'ਤੇ ਹਾਦਸਾ ਵਾਪਰਿਆ ਹੈ, ਜੋ ਡਰਾਈਵਰ ਸੀ ਉਹ ਮੌਕੇ 'ਤੇ ਹੀ ਦਮ ਤੋੜ ਗਿਆ। ਇਹ ਇਸ ਤਰ੍ਹਾਂ ਹਾਦਸੇ ਦੇ ਵਿੱਚ ਇਸ ਵਰ੍ਹੇ ਦੀ ਇਹ 30ਵੀਂ ਮੌਤ ਸੀ। ਸੋ ਇਹ ਤਾਂ ਸੀ ਪਹਿਲੀ ਕ੍ਰਾਈਮ ਦੀ ਖਬਰ। ਅਗਲੀ ਕ੍ਰਾਈਮ ਦੀ ਖਬਰ ਸਾਂਝੀ ਕਰਦੇ ਹਾਂ। ਹੋਮੀਸਾਈਡ ਵਿਕਟਮ ਸੀਗਾ, ਇੱਕ ਐਡਮਿੰਟਨ ਰਿਮਾਂਡ ਸੈਂਟਰ ਦੇ ਵਿੱਚ ਸੀਗਾ। ਉਸ ਨੂੰ ਜਦੋਂ ਰਿਲੀਜ਼ ਕੀਤਾ ਗਿਆ 12:15 ਵਜੇ ਦੇ ਕਰੀਬ ਉਸ ਨੂੰ ਰਿਲੀਜ਼ ਕੀਤਾ ਗਿਆ ਹੈ ਬਾਅਦ ਦੁਪਹਿਰ 'ਤੇ, ਲਗਭਗ 2 ਘੰਟੇ ਬਾਅਦ 2 ਕਿਲੋਮੀਟਰ ਦੀ ਵਿੱਥ 'ਤੇ ਜਾ ਕੇ ਉਸ ਨੂੰ ਮ੍ਰਿਤਕ ਹਾਲਤ ਦੇ ਵਿੱਚ ਵੇਖਿਆ ਗਿਆ। ਪੁਲਿਸ ਵੱਲੋਂ ਸੂਚਨਾ ਜਾਰੀ ਕੀਤੀ ਗਈ ਹੈ ਕਿ ਅਗਰ ਕਿਸੇ ਵੀ ਵਿਅਕਤੀ ਨੂੰ ਇਸ ਸੰਬੰਧੀ ਜਾਣਕਾਰੀ ਹੈ ਤਾਂ ਉਸ ਨੂੰ ਉਹ ਇਨਫੋਰਮ ਕਰ ਸਕਦੇ ਨੇ। ਇਸ ਬਾਰੇ ਵੀ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ। ਫਿਲਹਾਲ ਪੁਲਿਸ ਵੱਲੋਂ ਪੱਕੇ ਤੌਰ 'ਤੇ ਕਾਰਨ ਨਸ਼ਰ ਨਹੀਂ ਕੀਤੇ ਜਾ ਰਹੇ, ਲੇਕਿਨ ਪੁਲਿਸ ਨੂੰ ਭਾਲ ਹੈ ਕਿ ਇਹ ਦੋਸ਼ੀ ਸੀ ਜੋ ਰਿਮਾਂਡ ਸੈਂਟਰ ਤੋਂ ਇਸ ਨੂੰ ਛੱਡਿਆ ਗਿਆ ਸੀ, ਲਗਭਗ 2 ਘੰਟੇ ਦੇ ਅੰਦਰ ਅੰਦਰ, ਜਦੋਂ 2 ਕਿਲੋਮੀਟਰ ਦੀ ਵਿੱਥ ਦੇ ਅੰਦਰ ਉਸ ਨੂੰ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਸੋ ਜਿੰਨੇ ਵੀ ਦਰਸ਼ਕ ਇਸ ਵੇਲੇ ਟੀ ਵੀ 'ਤੇ ਇਸ ਖਬਰ ਨੂੰ ਸੁਣ ਰਹੇ ਨੇ, ਅਗਰ ਕਿਸੇ ਤਰ੍ਹਾਂ ਵੀ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਪੁਲਿਸ ਨੂੰ ਸੂਚਨਾ ਦੇ ਸਕਦੇ ਹੋ। ਅਗਲੀ ਖਬਰ ਹੈ ਕਿ ਨਵਾਂ CEO ਅਲਬਰਟਾ ਗੇਮਿੰਗ ਅਤੇ ਲਿਕਰ ਕਮਿਸ਼ਨ ਦਾ ਲਗਾਇਆ ਗਿਆ ਹੈ, ਜਿਨ੍ਹਾਂ ਦਾ ਨਾਂ ਹੈ ਮੈਸਨੂਓ। ਉਹ ਉਹਨਾਂ ਦਾ ਇਸ ਖੇਤਰ ਦੇ ਵਿੱਚ, ਹਾਲਾਂਕਿ ਉਹ ਇਸ ਤੋਂ ਪਹਿਲਾਂ ਉਹ ਐਕਟਿੰਗ CEO ਦੇ ਤੌਰ 'ਤੇ ਕੰਮ ਕਰ ਰਹੇ ਸੀ, ਲੇਕਿਨ ਇਹ ਦੱਸਿਆ ਜਾ ਰਿਹਾ ਸਰਕਾਰ ਵੱਲੋਂ ਜੋ ਪ੍ਰੈਸ ਨੋਟ ਜਾਰੀ ਕੀਤਾ ਗਿਆ, ਉਹਨਾਂ ਦਾ ਇਸ ਖੇਤਰ ਦੇ ਵਿੱਚ 30 ਸਾਲ ਦਾ ਤਜਰਬਾ ਸੀ। ਬਹੁਤ ਹੀ ਹੋਣਹਾਰ ਵਿਅਕਤੀ ਸਮਝੇ ਜਾ ਰਹੇ ਨੇ। ਅਤੇ ਇਸ ਦੇ ਨਾਲ ਹੀ ਹੁਣ ਈਵੈਂਟਸ ਦੇ ਬਾਰੇ ਗੱਲਬਾਤ ਕਰਦੇ ਹਾਂ। 9 ਦਸੰਬਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਜੋ ਮਿਲਵੁੱਡ ਕੰਸਟੀਚੁਐਂਸੀ ਹੈ ਉਸ ਦੇ ਵਿੱਚ ਜੋ ਕ੍ਰਿਸਟੀਨਾ ਗ੍ਰੇ ਅਲਬਰਟਾ ਦੀ ਲੇਬਰ ਮੰਤਰੀ ਹੈ, ਉਸ ਦੇ ਵੱਲੋਂ ਓਪਨ ਹਾਊਸ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਓਪਨ ਹਾਊਸ ਹੈ ਜੋ, ਇਸ ਦਾ ਪਤਾ ਹੈ 3448 93 ਸਟ੍ਰੀਟ, ਜਿੱਥੇ ਇਹਨਾਂ ਦਾ ਕੰਸਟੀਚੁਐਂਸੀ ਆਫਿਸ ਹੈ। ਸੋ 9 ਦਸੰਬਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਇਹ ਜੋ ਓਪਨ ਹਾਊਸ ਲਗਾਇਆ ਜਾ ਰਿਹਾ, ਇਸ ਦੇ ਵਿੱਚ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਹੈ। ਕ੍ਰਿਸਟੀਨਾ ਗ੍ਰੇ ਦੇ ਦਫ਼ਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਜੋ ਕੰਸਟੀਚੁਐਂਸੀ ਦੀਆਂ ਕੁਝ ਸਮੱਸਿਆਵਾਂ ਨੇ, ਕੁਝ ਭਗਤ ਦੇ ਮਸਲੇ ਨੇ, ਉਹਨਾਂ ਦੇ ਬਾਰੇ ਵਿਚਾਰ ਚਰਚਾ ਕੀਤੀ ਜਾਏਗੀ ਜੋ ਇਸ ਖੇਤਰ ਦੇ ਵਸਨੀਕ ਨੇ। ਸੋ ਇਹ ਸੀ ਸਾਡੀ ਈਵੈਂਟ। ਇਸ ਦੇ ਨਾਲ ਹੀ ਇੱਕ ਹੋਰ ਸੂਚਨਾ ਤੁਹਾਡੇ ਨਾਲ ਸਾਂਝੀ ਕਰਦੇ, ਅੱਜ ਕੱਲ੍ਹ ਫਰੋਡ ਕਾਲਸ ਬੜੀਆਂ ਆ ਰਹੀਆਂ ਨੇ ਘਰਾਂ ਦੇ ਵਿੱਚ ਕੈਨੇਡਾ ਰੈਵਨਿਊ ਏਜੰਸੀ ਦੇ ਵੱਲੋਂ। ਇਸ ਦੇ ਬਾਰੇ ਵਿਸਥਾਰ ਨਾਲ ਅਗਲੇ ਦਿਨ ਜ਼ਰੂਰ ਚਰਚਾ ਕਰਾਂਗੇ। ਸੋ ਇਸ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਮਿਲਣ ਦੇ ਵਾਅਦੇ ਦੇ ਨਾਲ।